बिस्मिल्लाहिर्रहमानिर्रहीम, अस्सलाम वालेकुम। कैसे हैं आप सब? उम्मीद है कि आप सब खैरियत से होंगे, खुशबाश होंगे। अल्लाह पाक हम सबको अपनी हिफ्ज़ अमान में रखे। इस दुआ के साथ आज के इस व्लॉग का करते हैं जी आगाज़। आप सबको कहते हैं खुश आमदीद, गुड मॉर्निंग तो नहीं कह सकते क्योंकि 11:30-12 बजे का टाइम है। और बीवी एक अद्धा दी हुंदी है, जिन्हें दे घर दो हुंदियां वा, फिर पता तय चूं चूं चां चां चूं चूं चां चां नहीं तो मुकदी। ये देख लें जी, कोटी टोपी गर्म कपड़े उधरों किनवा नु पाड़ दी पे, खुदा दा खौफ कर तू। आस बूटे दे माल टांग हां जैका जैका तुसी दोवे भैन भरा, तू बाजो भाई मनवर, ओदो मेरे नाल तुसा ओ बहस कीती है दे माल्टियां दा जायका चख, सिर्फ खाद दी कमी। मैं चखिया, मैं पिछले साल दा चखिया, मेनू पता है ओदा जायका जेड़ा उस बूटे दा और हुंदा है, इस बूटे दा जायका और हुंदा है। हां वेख है कि नहीं मीठे मीठे है कि नहीं, जायके दा फर्क है। अपनी ईमानी करानी गल दसी, अमानी करानी हां किबले रुक मुंह करके किबला रुक इधर है, ओदा टेस्ट ज्यादा वो। सोट थले सोट 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 थले मारा ठुड्डा तेरे इधरों, खाने वाली चीज तो इदा नहीं कोई दी हुंदी। इनु सिर्फ खाद दी कमी है, गोडी हो गई है कि माशाल्लाह मौसम आउंदा ते इनु जेड़ा खाद पा के ते टना टन करने है। वो तेरे बूटियां मेरा किस दिन जाके ना शहर ते ए ना घोंसले लियाउणे ने, लक्कड़ दे बने बनाए 4-5 इत्थे एस्ट्राली दे नाल लाशणे ने। अच्छा हां दिहाड़ी बार लसन वे है, उधरों तू चिकन की बदखोई करनी, उधरों तू महंगाई की रोना रोनी, उधरों तू जरा थब्बा को सारा थब्बा को सारा जो सामने रख के बैठी। और बाजू की करती है गोडिया की सुना, हर कोई दवाई दारू नाल तुर फिर बस मेरी भैन दुआ ही करया कर, भैन तो दिल उधर पीला और मैं शर्मा जांदे खांदा इत्थे कच्चियां ना खाऊं कि फिर बां बां करें दी, फिर नहीं को खा पी लेंदा बेहतर। अच्छा जी मुँह तो 12 बजे है, मेरी बुढ़ी ने मेरा। अच्छा जी मैं गोश्त भी धो के रखी हुई, तो गाजर भी हर चीज रखी हुई, बर्तन धो के रखी हुई, तो अली ने मैं जितने मटर मैं क्या निकाल दो, तो ये मटर बाबा छोले कर देंगे, तो फिर मैं कर ਹੋਂਕ ਛਿਲਣ ਲੱਗਿਆ ਤੇ ਮਟਰ ਕੱਟਣ ਲੱਗਿਆ ਇਹਨੂੰ ਬਹੁਤ ਵਿਖਾਲੀ ਦਿੰਦੀ ਜੇ ਕਿਸੇ ਕੋਲ ਕੋਈ ਟੋਟਕਾ ਹੋਵੇ ਕੋਈ ਐਸੀ ਜਿਹੜਾ ਉਹ ਮਤਲਬ ਕੋਈ ਜੜੀ ਬੂਟੀ ਹੋਵੇ ਤੇ ਜਿਹੜੀ ਮੈਂ ਇਹਨੂੰ ਸੰਗਾ ਕੇ ਤੇ ਥੋਮ ਦੀ ਤੇ ਮਟਰਾਂ ਦੀ ਜਿਹੜਾ ਇਹਨੂੰ ਜਾਂਚ ਆ ਜਾਵੇ ਤੇ ਪਲੀਜ਼ ਕਮੈਂਟ ਸੈਕਸ਼ਨ ਚ ਨਹੀਂ ਮੈਂ ਕੱਢ ਲੈਣੀ ਆ ਲੇਕਿਨ ਮੈਂ ਹੁਣ ਖਾਣਾ ਨਾ ਬਣਾਵਾਂ ਤੁਹਾਨੂੰ ਭੁੱਖ ਨਹੀਂ ਲੱਗੀ ਰੋਟੀ ਨਾ ਪਕਾ ਭੁੱਖ ਨਹੀਂ ਲੱਗੀ ਮਟਰ ਕੱਢ ਦੇ ਹੈ ਮਟਰ ਕੱਢ ਲੈ ਚਲੋ ਰੋਟੀ ਤੁਸੀਂ ਪਕਾ ਲਓ ਤੇ ਮਟਰ ਮੈਂ ਕੱਢ ਲੈਣੀ ਆ ਫਿਰ ਉਹੀ ਗੱਲ ਹੈ ਹਾਂ ਮੈਂ ਤੁਹਾਨੂੰ ਸੌਖਾ ਕੰਮ ਦਿੱਤਾ ਨਾ ਦੇਖੋ ਤੁਹਾਨੂੰ ਕਿੰਨਾ ਪਿਆਰ ਕਰਦੀ ਆ ਤੇ ਮੈਂ ਅੱਛਾ ਮੈਂ ਹੁਣ ਕੀ ਬਣਾਵਾਂ ਸਮਝ ਨਹੀਂ ਆਉਂਦੀ ਮੇਰੇ ਅੱਗੇ ਮਟਰ ਰੱਖੇ ਤੇ ਇਹਨਾਂ ਦਾ ਕੀ ਬਣਾਣੀ ਇਹ ਤਾਂ ਮੈਂ ਕੱਢ ਕੇ ਫ੍ਰਿਜ ਰੱਖਣੇ ਔਖੇ ਭਾਰੇ ਵੇਲੇ ਕੰਮ ਆਉਂਦੇ ਬੰਦਾ ਸੂਪ ਬਣਾ ਕੇ ਪੀ ਲੈਂਦਾ ਵਾ ਸਾਲਣ ਖਾਣਾ ਤੇ ਸਾਲਣ ਬਣਾ ਦਿੰਦੀ ਆ ਕੀ ਹੋਇਆ
ਰਾਤ ਮੈਂ ਦਰਦ ਦਰਦ ਉੱਤੇ ਲਾਈ ਸੀ ਗੱਠਾ ਜੀ ਦਰਦ ਹੁੰਦੀ ਹੈ ਫੋਨ ਆਈਫੋਨ ਭਾਰਾ ਨਾ ਤੇ ਫੜ ਫੜ ਕੇ ਤਾਂ ਹੁੰਦੀ ਹੈ ਚੇਂਜ ਕਰਨਾ ਤੇ ਕਰ ਲਓ ਮੈਂ ਤੁਹਾਨੂੰ ਬੜੀ ਗੱਲ ਕੀਤੀ ਹੈ ਬੜੀ ਗੱਲ ਕੀਤੀ ਹੋਰਾਂ ਸ਼ਾਬਾਸ਼ ਦੇਵਾਂ ਇਹ ਜਹਾਂ ਪੇ ਫਾਖਤਾ ਬੈਠੀ ਹੋਈ ਹੈ ਨਾ ਯਹਾਂ ਪੇ ਮੈਂ ਦਾਣੇ ਬਖੇਰ ਕੇ ਜਾਤਾ ਹੂੰ ਕੀੜੇ ਮਕੌੜੋ ਕੇ ਲੀਏ ਤੋ ਯਹਾਂ ਪੇ ਯੇ ਆਧੇ ਦਾਣੇ ਕੀੜੇ ਮਕੌੜੇ ਖਾ ਜਾਤੇ ਹੈ ਔਰ ਆਧੇ ਦਾਣੇ ਜੋ ਹੈ ਯੇ ਪਰਿੰਦੇ ਖਾ ਜਾਤੇ ਹੈ ਯੇ ਦਾਣੇ ਅਭੀ ਵੀ ਪੜੇ ਹੋਏ ਕਭੀ ਹੁਮੇਰਾ ਡਾਲ ਜਾਤੀ ਹੈ ਕਭੀ ਮੈਂ ਡਾਲ ਜਾਤਾ ਹੂੰ ਤੋ ਯੇ ਇੱਕ ਸਦਕਾ ਜਾਰੀਆ ਹੈ ਸ਼ਾਮ ਕਾ ਟਾਈਮ ਹੈ ਔਰ ਕੁਛ ਇਸ ਤਰ੍ਹਾਂ ਕਾ ਖੇਤੋਂ ਕਾ ਮੰਜ਼ਰ ਅੰਮਾ ਜੀ ਕੇ ਘਰ ਸੇ ਵਾਪਿਸ ਆਏ ਹੈ ਵਹਾਂ ਪੇ ਗਿਆ ਥਾ ਹੁਮੇਰਾ ਕੇ ਸਾਥ ਸਰ ਪੇ ਟੋਪੀ ਨਹੀਂ ਥੀ ਚਾਦਰ ਨਹੀਂ ਥੀ ਤੋ ਗੰਜ ਸ਼ਰੀਫ ਮੇ ਠੰਡੀ ਠੰਡੀ ਹਵਾ ਐਸੇ ਘੁਸੀ ਹੈ ਨਾ ਕਿ ਕਿਆ ਬਤਾਊਂ ਅਭੀ ਤੌਰ ਬੌਰ ਸ਼ੋਰ ਸਭ ਕੁਛ ਘੁੰਮ ਰਿਹਾ ਤੋ ਆਤੇ ਹੀ ਸਰ ਪੇ ਪਹਿਲੇ ਟੋਪੀ ਪਹਿਨੀ ਹੈ ਚਾਦਰ ਲਈ ਹੈ ਔਰ ਨਾ ਹਾਲਤ ਖਰਾਬ ਹੋਤੀ ਨਜ਼ਰ ਆ ਰਹੀ ਹੈ ਅੱਜ ਹੁਮੇਰਾ ਕੀ ਖੈਰ ਨਹੀਂ ਹੈ ਸਾਰੀ ਰਾਤ ਇਸ ਵਿਚਾਰੀ ਕੋ ਜੋ ਨਾ ਵਕਤ ਵਕਤ ਡਾਲਤੇ ਡਾਲ ਹੀ ਰੱਖਣਾ ਹੈ ਕਿ ਜਬ ਮੇਰੀ ਤਬੀਅਤ ਖਰਾਬ ਹੋਣਾ ਤਾਂ ਫਿਰ ਇਹ ਵਿਚਾਰੀ ਸਾਰੀ ਰਾਤ ਭਾਗਮ ਦੌੜ ਕਰਦੀ ਹੈ ਤੂੰ ਅੱਜ ਪਕਾਉਣਾ ਖਾਣਾ ਕੀ ਹੈ ਅੱਛਾ ਵੀਡੀਓ ਐਡਿਟ ਕਰਨੀ ਹੈ ਅੱਛਾ ਚੰਗਾ ਕਰਨੀ ਟੋਪਾ ਜਿਹਾ ਪਾ ਲੈਣੀ ਠੰਡ ਹੀ ਬੜੀ ਤੋਪਾ ਸਾਰਾ ਦਿਨ ਸਿਰ ਦੁਖਦਾ ਵਾ ਅੱਛਾ ਜੀ ਅਭੀ ਖਾਇਆ ਹੈ ਖਾਣਾ ਟਾਈਮ ਭੁੱਖ ਲੱਗੀ ਸੀ ਖਾਣਾ ਤਾਂ ਖਾਣਾ ਜੀ ਟਾਈਮ ਕੀ ਹੈ 8:12 ਕੜੀ ਵੇਖਣੀ ਹੋਣੀ ਹਾਂ ਹਾਂ ਅੱਛਾ ਚਲ ਫੇਰ ਠੀਕ 8:12 20:12 ਹੋਏ ਨੇ ਝੂਠੀ ਤੇ ਖਾਣਾ ਖਾਇਆ ਹੈ ਸ਼ਾਮ ਕਾ ਅਭੀ ਕਰੇਂਗੇ ਆਰਾਮ ਅੱਲਾਹ ਤਾਲਾ ਆਪਣੀ ਹਿਫਜ਼ੋ ਅਮਾਨ ਮੇ ਰੱਖੇ ਸਵੇਰੇ ਨਮਾਜ਼ ਪੜ੍ਹ ਕੇ ਤੂੰ ਜਿਹੜੇ ਜੁਲੇ 'ਚ ਪਈ ਤੇ ਤੇਰੀ ਖੈਰ ਨਹੀਂ ਸਵੇਰੇ ਹੁਣੇ ਪਰਾਉਣੇ ਆ ਅਤੇ ਜਿਹੜਾ ਨਾ ਆਪਣਾ ਹਿਸਾਬ ਕਿਤਾਬ ਟਾਈਮ ਨਾਲ ਹੀ ਅਨਪੜ੍ਹੀ ਤਾਂ ਸੋਚ ਲੈਣ ਅਭੀ ਕਰਦੇ ਹਾਂ ਆਰਾਮ ਅੱਲਾਹ ਖੈਰ ਰੱਖੇ ਆਪਣੀ ਹਿਫਜ਼ੋ ਅਮਾਨ ਮੇ ਰੱਖੇ ਆਪ ਸਭ ਕੋ ਵੀ ਹਮੇਂ ਵੀ ਆਪਣੀ ਦੁਆ ਮੇ ਯਾਦ ਰੱਖੇ ਔਰ ਹਮ ਵੀ ਆਪਣੀ ਦੁਆ ਮੇ ਆਪਣੇ ਦੇਖਣੇ ਵਾਲੇ ਭੈਣ ਭਾਈ ਕੋ ਯਾਦ ਰੱਖਤੇ ਹੈ ਰੱਖੇਂਗੇ ਇਨਸ਼ਾ ਅੱਲਾਹ ਦੀਜੀਏ ਇਜਾਜ਼ਤ ਖੁਦਾ ਹਾਫਿਜ਼ ਫੀ ਅਮਾਨਿਲਾ ਅੱਲਾਹ ਹਾਫਿਜ਼